ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਪੰਚੋਲੀ ਕਲਾ ਪੰਚੋਲਾ ਪੰਚੋਲੀ ਖੁਰਦ ਨੇੜੇ ਚੋਆ ਹੋਣ ਕਾਰਨ ਬਰਸਾਤ ਦਾ ਪਾਣੀ ਇਕੱਠਾ ਹੋ ਕੇ ਹਰ ਸਾਲ ਕਿਸਾਨਾਂ ਦੇ ਖੇਤਾਂ ਵਿੱਚ ਆ ਜਾਂਦਾ ਹੈ। ਇਸ ਵਾਰ ਵੀ ਭਾਰੀ ਬਰਸਾਤ ਹੋਣ ਕਾਰਨ ਇਹਨਾਂ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਕਿਸਾਨਾਂ ਦੀ ਲਗਭਗ 50 ਏਕੜ ਦੇ ਕਰੀਬ ਝੋਨੇ ਦੀ ਫਸਲ ਬਰਸਾਤ ਦੇ ਪਾਣੀ ਵਿੱਚ ਡੁੱਬ ਗਈ। ਇਸ ਮੌਕੇ ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਕਿ ਹਰ ਸਾਲ ਬਰਸਾਤ ਕਾਰਨ ਇਹਨਾਂ ਤਿੰਨਾਂ ਪਿੰਡਾਂ ਦੇ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਟੋਏ ਦੀ ਸਫਾਈ ਕਰਵਾ ਕੇ ਖਾਲ ਪੁੱਟੀ ਜਾਵੇ ਤਾਂ ਜੋ ਕਿਸਾਨਾਂ ਦੇ ਝੋਨੇ ਦੀ ਫਸਲ ਬਚ ਸਕੇ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਬਰਸਾਤ ਦੇ ਪਾਣੀ ਕਾਰਨ ਹਰ ਸਾਲ ਤਿੰਨਾਂ ਪਿੰਡਾਂ ਦੀ ਕਰੀਬ 150 ਏਕੜ ਫਸਲ ਖਰਾਬ ਹੁੰਦੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਚੱਲ ਰਿਹਾ ਹੈ, ਉੱਪਰੋਂ ਅਜਿਹੀਆਂ ਕੁਦਰਤੀ ਆਫਤਾਂ ਕਿਸਾਨਾਂ ਦਾ ਲੱਕ ਤੋੜ ਦਿੰਦੀਆਂ ਨੇ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਿੰਨਾਂ ਪਿੰਡਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਇੱਥੇ ਸਾਡੇ ਨੇੜੇ ਚੋਆ ਪੈਂਦਾ, ਤਿੰਨ ਪਿੰਡਾਂ ਦਾ ਹੀ ਪੈਂਦਾ, ਪੰਜੋਲੀ ਖੁਰਦਾਰ ਪੰਜੋਲੀ ਦੇ ਸੈਂਟਰ 'ਚ ਪੈਂਦਾ ਜੀ। 50 ਏਕੜ ਦੇ ਕਰੀਬ ਇਹਦੇ ਨਾਲ ਉਹ ਹੋ ਜਾਂਦੇ ਆ, ਜਿਹਦੇ ਵਿੱਚੋਂ 10-20 ਏਕੜ ਤਾਂ ਇਸ ਤਰ੍ਹਾਂ ਦੇ ਜਿਹੜੇ ਬਿਲਕੁਲ ਉਹ ਹੋ ਜਾਂਦੇ ਜੇ ਜ਼ਿਆਦਾ ਟਾਈਮ ਪਾਣੀ ਰਹਿੰਦਾ। ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦੀ ਜ਼ਿਆਦਾ ਪਟਾਈ ਕੀਤੀ ਜਾਵੇ ਜਾਂ ਇਹਦੀ ਸਫਾਈ ਵੀ ਨਹੀਂ ਹੋਈ ਇਸ ਵਾਰ ਵੀ ਇਹਨੂੰ ਕਿਸੇ ਉਸ ਹਿਸਾਬ ਨਾਲ ਡੂੰਘਾਈ ਇਹਦੀ ਵੀ ਘੱਟ ਹੈ, ਪਾਣੀ ਤਾਂ ਹੀ ਵਾਫਰ ਹੁੰਦਾ, ਨਹੀਂ ਤਾਂ ਪਾਣੀ ਇਹ ਵਿੱਚ ਜਾਵੇ ਤਾਂ ਫਿਰ ਕੋਈ ਨੁਕਸਾਨ ਨਾ ਹੋਵੇ। ਹਰ ਸਾਲ ਮਤਲਬ ਇਸ ਤਰ੍ਹਾਂ ਦੀ ਤਬਾਹੀ ਕਰਕੇ ਜਾਂਦਾ, ਇਸ ਵਾਰ ਹੁਣ ਜ਼ਿਆਦਾ ਤਬਾਹੀ ਕੀਤੀ ਇਹਨੇ, ਬਿਲਕੁਲ ਕਈ ਪਰਿਵਾਰ ਤਾਂ ਬਿਲਕੁਲ ਬਰਬਾਦ ਕਰ, ਜਿਹਦੀ ਫਸਲ ਬਿਲਕੁਲ ਬਰਬਾਦ ਹੋ ਗਈ ਹੈ। ਹਾਂਜੀ, ਆਰਥਿਕ ਤੌਰ 'ਤੇ ਉਹ ਪਹਿਲਾਂ ਹੀ ਕਮਜ਼ੋਰ ਸੀ ਵਿਚਾਰੇ। ਹਾਂਜੀ, ਇਸ ਤਰ੍ਹਾਂ ਕਰਕੇ ਬਹੁਤ ਇਹਦਾ ਨੁਕਸਾਨ ਹੈ। ਅਸੀਂ ਅੱਜ ਉਰੇ ਆਪਣਾ ਪੰਜੋਲੇ ਪੁਲ 'ਤੇ ਖੜ੍ਹੇ, ਜਿਹੜਾ ਕਿ ਪਟਿਆਲਾ ਦਰਿਆਓ ਦਾ ਪੁਲ, ਇਹਨੂੰ ਚੂਹਾ ਵੀ ਕਹਿੰਦੇ ਹਾਂ ਜੀ। ਇਹ ਪੁਲ ਤੋਂ ਮਤਲਬ ਜਿਹੜਾ ਚੂਹਾ ਵਗਦਾ ਜੀ, ਜਦੋਂ ਬਰਸਾਤ ਪੈਂਦੀ ਹੈ ਇਹ ਤਿੰਨ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ, ਜਿਸ ਦੇ ਵਿੱਚ ਪੰਜੋਲੀ ਖੁਰਦ ਵੀ ਆਉਂਦੀ ਹੈ ਜੀ। ਇਹ ਇੱਥੋਂ ਮਤਲਬ 100-150 ਕਿੱਲਾ ਜਿਹੜਾ ਤਿੰਨ ਪਿੰਡਾਂ ਦਾ ਬਰਬਾਦ ਕਰ ਦਿੰਦਾ ਜੀ, ਜਿਹਦੇ ਵਿੱਚੋਂ 50 ਏਕੜ ਦੇ ਕਰੀਬ ਇਹ ਪੰਜੋਲੀ ਖੁਰਦ ਦਾ ਨੁਕਸਾਨ ਹੁੰਦਾ, ਜਿਸ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਆਰਥਿਕ ਤੌਰ 'ਤੇ ਨੁਕਸਾਨ ਹੁੰਦਾ। ਅੱਜ ਮਹਿੰਗਾਈ ਦਾ ਜ਼ਮਾਨਾ ਜੀ, ਵੈਸੇ ਖਰਚੇ ਪੂਰੇ ਨਹੀਂ ਹੁੰਦੇ, ਜਿਹੜਾ ਇਹ ਮਤਲਬ ਕੁਦਰਤੀ ਮਾਰ ਪੈਂਦੀ ਹੈ ਇਹਦੇ ਨਾਲ ਸਾਡੇ ਜਿਹੜੇ ਜ਼ਿਮੀਂਦਾਰ ਪਰਿਵਾਰ ਨੇ ਉਹਨਾਂ ਦਾ ਬਹੁਤ ਲੱਕ ਤੋੜ ਮੈਂ ਉਹਨਾਂ ਨੂੰ ਮਤਲਬ ਵਜਣਾ ਜਿਹੜਾ ਉਹਨਾਂ ਨੂੰ ਪੈਂਦਾ। ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਵੀ ਚੋਏ ਦੀ ਚੰਗੀ ਤਰ੍ਹਾਂ ਪਟਾਈ ਕੀਤੀ ਜਾਵੇ ਅਤੇ ਜਿਹੜੇ ਕਿਸਾਨਾਂ ਨੁਕਸਾਨ ਹੋਇਆ ਉਹਨਾਂ ਦੀ ਜੋ ਗਰਦਾਰੀ ਕਰਵਾ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸਾਡੇ ਜਿਹੜੇ ਚੋਏ ਦੀ ਪਾਣੀ ਦੀ ਮਾਰ ਦੇ ਵਿੱਚ ਫਸਲ ਤਕਰੀਬਨ ਲਗਭਗ 150 ਏਕੜ ਸਾਡੇ ਤਿੰਨੇ ਪਿੰਡਾਂ ਨੁਕਸਾਨ ਹੁੰਦਾ, ਜਿਹਦੇ ਵਿੱਚ 50 ਏਕੜ ਪੰਜੋਲੀ ਖੁਰਦ, ਕੁਛ ਪੰਜੋਲਾ, ਕੁਛ ਪੰਜੋਲੀ ਕਲਾਂ ਦਾ। ਇਹ ਕਿਸੇ ਸਾਲ ਘੱਟ ਮਰ ਜਾਂਦੇ, ਕਿਸੇ ਸਾਲ ਜ਼ਿਆਦਾ ਮਰ ਜਾਂਦੇ, ਨਹੀਂ ਤਕਰੀਬਨ ਲਗਭਗ ਹਰ ਸਾਲ ਇਹ ਮਰ ਜਾਂਦੇ। ਨਹੀਂ ਜੀ, ਹੁਣ ਨਹੀਂ ਮਿਲਿਆ, ਕਾਫੀ ਦੇਰ ਹੋ ਗਈ, ਪਹਿਲਾਂ ਇੱਕ ਵਾਰੀ ਮਿਲਿਆ ਸੀ 1500-1600 ਰੁਪਏ ਦੇ ਲਗਭਗ ਏਕੜ ਦਾ। ਇਹ ਤਾਂ ਤਕਰੀਬਨ ਜੀ, ਵੈਸੇ ਜਿਹੜੀ ਨਦੀ ਆਈ ਨਾ ਜੀ, ਇਹ ਪਹਾੜਾਂ 'ਚੋਂ ਨਿਕਲ ਕੇ ਆਉਂਦੀ ਚੰਡੀਗੜ੍ਹ ਦੇ ਨੇੜੇ ਤੇੜੇ, ਕਈ ਵਾਰ ਨਦੀ ਵਿੱਚ ਮਤਲਬ ਬਿਨਾਂ ਮੀਂਹ ਪੈ ਤੋਂ ਵੀ ਹੜ੍ਹ ਆ ਜਾਂਦੇ ਨੇ, ਤਕਰੀਬਨ ਜ਼ਿਆਦਾ ਤਬਾਹੀ ਕਰ ਦਿੰਦੀ ਹੈ। ਮਤਲਬ ਬਿਨਾਂ ਇੱਥੇ ਧੁੱਪ ਹੁੰਦੀ ਹੈ ਅਤੇ ਨਦੀ 'ਚ ਪਾਣੀ ਆਇਆ ਹੁੰਦਾ, ਅਤੇ ਤਕਰੀਬਨ ਸਾਡੀ ਉੱਥੇ ਸਾਰੀ ਵੈਸੇ ਤਬਾਹ ਹੋ ਗਈ ਸਾਡੇ ਪਿੰਡ ਦੀ, ਹੋਰ ਬਹੁਤ ਤਕਰੀਬਨ ਸਾਰੀ ਉਮਰ ਜਾਂਦੀ ਹੈ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਢਵਾਣਾ ਦੀ ਰਿਪੋਰਟ।